ਸਮਝੂ ਰੱਖ ਪਰਗਟ ਕਰੇ ਲੜੀਆਂ ਲੱਗੇ ਸੋਹਣੇ ਲੱਗਦੇ ਵੀ ਸ਼ੈਮ ਟੂ ਯੂ ਬਣਾ ਵਧੀਆ ਨੰਬਰ ਬਣਨਾ ਦੇਖ ਅੱਜ ਨਿਕਲੀ ਸਰ ਹੁੰਦਾ ਫੁੱਲ ਬਣ ਸੁਮਲੀ ਲੜੀਆਂ ਤਾਂ ਚੱਲ ਪੀਆਂ ਉੱਪਰ ਡੈਡੀ ਛੋਟੇ ਹੁੰਦੇ ਕਰਦਾ ਦਾਦੀ ਸਾਹਿਬ ਚੁਗਲੀ ਨੇ ਲੈਂਟਰ ਲਾ ਦੇਣਾ ਆਪਣੇ ਡੈਡੀ ਕਹਿੰਦਾ ਬਿੱਲੀਆਂ 2 ਮਹੀਨੇ ਤੱਕ ਦੇਖੋ ਕਿੰਨੇ ਪਟਾਕੇ ਲੈਂਦੇ ਇਹਨਾਂ ਨੇ ਸਲੋਕ ਮਹੱਲਾ ਸ਼ੁਰੂ ਕੀਤਾ ਜਾਵੇ ਸਿਰਫ ਉਮਰ ਆਪਾਂ ਹੁਣ ਦੁਕਾਨ ਕਦ ਲਾਉਣੀਆਂ मैं ते मम्मी ने सलाह बनाई मैं ते मम्मी दोनों ने रेड़ी ते जावांगी बेचन है मम्मी चलाऊगा कौन रेड़ी डैडी पीछे आप बह जूंगी डैडी घट साहब बेचने असी हैं डैडी स्कूट ओ चलाया करूंगा डैडी रेड़ी बेच बह जाएंगे आप दोनों जनियां इधर हुण बंडियां पै रही पटाकियां दी अद्धे अद्धे कि ਬਹੁਤ ਇੱਕ ਡੱਬੀ ਇਹ ਤਾਂ ਕੱਟ ਹੀ ਨਹੀਂ ਦਿੰਦਾ ਨਾ ਬੜੋ ਦੋ ਆ ਗਿਆ ਰਵੀ ਕਹਿੰਦਾ ਉਹ ਨਹੀਂ ਮਗੇ ਜਨੇ ਇਹ ਮੇਰੇ ਆ ਕਿਹੜੇ ਕਹਿੰਦੇ ਹਾਂ ਹਣਾ ਨਹੀਂ ਮਗੇ ਜਨੇ ਲਾਉਣ ਦਿੰਦਾ ਹੈਗਾ ਹਲ ਖੁਸ਼ੀ ਤਾਂ ਮੇਰੇ ਚ ਪੜਾਕੇ ਚਲਾ ਦਿੰਦੇ ਕੋਈ ਜਨੀ ਆਏ ਫੜ ਫੜ ਕੇ ਹੱਥ ਜੀ ਵਜਾਈ ਜੀ ਹੱਥ ਜੀ ਵਜਾਈ ਜੀ ਅਨਾਰ ਆ ਬੱਚਾ ਚਲ ਜਿਹੜੇ ਵੱਜਣ ਕੇ ਬਜਾਇਆ ਆਊਗਾ ਬਾਕੀ ਲੈ ਆਊਗਾ ਹਾਂ ਜੇ ਮੋੜੇ ਤਾਂ ਮੋੜ ਦੇਣ ਬਾਕੀ ਵੀ ਨਹੀਂ ਬਜਾ ਦੀ ਜਿੰਨੇ ਬਾਕੀ ਉੱਥੇ ਮੰਮੀ ਮੰਮੀ ਇਹਦੀ ਬਾਕੀ ਮੋੜ ਕੇ ਲੈ ਇੱਕ ਦੇ ਦੋ ਚੋੜ ਕੇ ਦੇਖ ਲਾਂਗੇ ਪਹਿਲੀ ਵਾਰੀ ਉੱਚ ਵੀ ਆਪਾਂ ਮੁਸਕਾਨ ਹੋਣਾ ਜੋ ਜਾਣਾ ਉਹਦੋਂ ਕੱਢਾਂਗੇ ਉਹਨਾਂ ਵਾਸਤੇ ਉੱਚ ਬਾਕੀ ਮਾਮੇ ਦੇ ਨਿਆਣੇ ਨੂੰ ਵੀ ਦੇ ਕੇ ਆਉਣੇ ਉੱਚ ਮਾਮੇ ਦੇ ਨਿਆਣੇ ਵਾਲੇ ਚ ਕੋਈ ਚਲਾਉਣ ਵਾਲਾ ਹੈ ਨਹੀਂ ਸਾਰੇ ਚੱਕਰੀਆਂ ਚੱਕਰੀਆਂ ਫੁੱਲ ਚੜੀਆਂ ਇੰਨਾ ਕੁਛ ਆ ਨਾਰਾ 2000 ਰੁਪਏ ਦੇ ਘਰ ਲੱਗ ਚੜਾ ਇਹ ਬੋਰਾ ਕੰਮ ਆ ਜਾਊਗਾ ਆਪਣੇ ਮੰਮੀ रवि ने कर ली हूं पैकिंग कपड़े कर ले पैक पटाके रह गए बस मासी वाला सूट पाता बिच लड़िया चक लिया बाकी कुछ रह गया लो जी चेक करो एक मानी गढ़ मामिया समोसे लैन रवि कहना मैं रवि कहना मैं खाने पनीर आले समोसे 15 मिनट लगने समोसे रेडी होने रवि मिठे का बहुत शकीन साढ़े भी दस ने फिर वह भी कर दी पनीर आले चलो जी मिलता तुम घरे जाके बलिया चुगन तेन की कहा मैं बलिया चुगन ना जाया कर ना तो ले पर सारी पलटन नहीं है संग मिलन हाय बच्चा पाल दी सर चलो चलो अभी बोल जड़ी आते जी चक्की जा रहे थे टें टेने चंगे मासी अरे बुट्टे अरे बुट्टे हां सर मेनू बोल जड़ी कर तेरे लिए ले आंदी है सी बस इदु बाद च मैं फसल मन करी हां क्यों दो ही फल चढ़ी ने आंदी है बस मासी कि मासी चाके सीन मार दे नो लगी मासी
ਨਾਉਣ ਲੱਗੀ ਆ ਮਾਸੀ ਸਤਿ ਸ਼੍ਰੀ ਅਕਾਲ ਉਹ ਦਿਨ ਨਾ ਚੁਣੀ ਗਈ ਹੋਰ ਕਿੱਦਾਂ ਐ ਨਾਲੇ ਕਹਾਗਾ ਮੈਂ ਤਾਂ ਦਿੱਤਾ ਕਰਦੀ ਸੀ ਵੀ ਟਾਈ ਨਾ ਰਹਿਣ ਦੇ ਮਾਸੀ ਤਾਂ ਬਾੜੀ ਨਹੀਂ ਨਹੀਂ ਮੈਂ ਬਾੜੀ ਸਰੇ ਹੋਈ ਮੈਂ ਨਾ ਨਹੀਂ ਗਈ ਜਦ ਤੈਨੂੰ ਕਿਹਾ ਵੀ ਤੂੰ ਨਾ ਜਾਇਆ ਕਰ ਫਿਰ ਕਿਉਂ ਜਾਂਦੀ ਜ਼ੀਰੋ ਫਿਗਰ ਕਰਨੀ ਆ ਮਾਸੀ ਕਹਿੰਦੀ ਮੈਂ ਬਾੜੀ ਪਤਲੀ ਹੋਈ ਹੈ ਢਿੱਡ ਦਾ ਪਤਲਾ ਕਰ ਲਾ ਢਿੱਡ ਦਾ ਹੋਈਆਂ ਮੂਰੇ ਪੁੱਲਾ ਜਾ ਸਾਲੇ ਪੱਠਲ ਧਰਿਆ ਹੁੰਦਾ ਹੈ ਆਈ ਨਾ ਮੇਰਾ ਹਾਂ ਇੱਦਾਂ ਸਾਡੇ ਖੁਸ਼ੀ ਮੈਡਮ ਕਿਹਦਾ ਸੂਟ ਸੀ ਰਹੀ ਆ ਇਹਦੇ ਨਵੇਂ ਨਾਲ ਲੱਗਦੇ ਆ ਕਿਤੇ ਉੱਪਰ ਦੇ ਸਾਨ ਮਾਰ ਲਵੇ ਹੀ ਜੀ ਆਈ ਆਪਣਾ ਸੂਟ ਸੀ ਰਹੀ ਆ ਉਹ ਜੀਰੀ ਲੈਣੀ ਆ ਮਾਸੀ ਤੋਂ ਲੈ ਲੈ ਮਾਸੀ ਕਿੰਨੇ ਰੁਪਏ ਕਿਲੋ ਪਤਾ ਹੀ ਨਹੀਂ ਲੈ ਮਾਰੇ ਚੱਲ ਗਏ ਮੰਡੀ ਚ ਮੰਡੀ ਜਾਊਗੀ ਮਾਸੀ ਵੇਚਣ ਯਾਰ ਅਸੀਂ ਤੇਰਾ ਦਿਵਾਲੀ ਤੋਂ ਬਾਅਦ ਲੈ ਕੇ ਆਵਾਂਗੇ ਸੂਟ ਮੇਰਾ ਸੂਟ ਉਹਦੇ ਮਾਸੇ ਦਾ ਰਹਿ ਗਿਆ 5 ਸਾਲ ਦਾ 5 ਸਾਲ ਦਾ ਆਹ ਦੇਖੋ ਬੰਦਾ ਕੀ ਕਹਿ ਰਿਹਾ ਕੀ ਕਹਣਾ ਤੂੰ ਨੰਬਰ 1 ਨੰਬਰ 1 ਇਹ ਕਹਿੰਦਾ ਮੈਨੂੰ ਬੁਲਾਓ ਚਲੋ ਸਪੈਸ਼ਲ ਵਧੀਆ ਲੱਗਦਾ ਤੈਨੂੰ ਬੁਲਾਓ ਛੱਡ ਦੇਖ ਦੋ ਨਾ ਇਧਰ ਹੋ ਕੇ ਤੁਰਸੀ ਨਾ ਤੂੰ ਹੈ ਇਹਨੇ ਨਾ ਜਦੋਂ ਕੱਪੜੇ ਸਿੱਖਣ ਲੱਗੀ ਆ ਸ਼ੁਰੂ ਸ਼ੁਰੂ ਦੇ ਵਿੱਚ ਸ਼ੁਰੂ ਸ਼ੁਰੂ ਕਿਤੇ ਥੋੜੇ ਕਿ 15 20 ਦਿਨ ਪਹਿਲਾਂ ਦੀ ਗੱਲ ਆ ਮਾਂ ਦੀ ਦੀ ਸੌਣ ਮਾਰਦੀ ਨਾ ਉਂਗਲ ਦੀ ਚਾੜ ਲਈ ਉਂਗਲ ਦੀ ਸੌਣ ਮਾਰ ਲਈ ਮਾਰੀ ਦੀ ਨਾ ਸੌਣ ਹਾਂ ਆ ਲੈ ਬੱਚੇ ਮਣ ਕੇ ਸੱਚੇ ਹੱਥ ਲੈ ਵਿੱਚ ਦੀ ਨਿਕਲੀ ਹਾਂ ਬੱਚੇ ਮਣ ਕੇ ਸੱਚੇ ਆ ਪਸੀਤਾ ਕਿੰਨਾ ਘੈਂਟ ਸੀ ਤਾਂ ਕੁਝ ਵਾਰੀ ਤਾਂ ਹੀ ਕੁੜਤੀ ਉਧਰ ਨੂੰ ਜਾਂਦੀ ਇੱਕ ਪਾਸੋਂ ਉਹ ਪਰਲੇ ਪਾਸੋਂ ਦੇਖ ਆ ਪਸੀਤਾ ਆ ਸੋਹਣੇ ਤੇ ਜਿੰਦੀ ਆ ਅਸੀਂ ਨੇ ਜਾਣਾ ਦੀ ਵਾਪਸ ਪਰ ਹੁਣ ਰਹਿ ਬਦਲ ਗਈ ਆ ਕਹਿੰਦੇ ਅੱਜ ਰਹਿਣਾ ਸੀ ਮਾਸੀ ਕੋਲ ਠੀਕ ਆ ਜੀ ਤੁਸੀਂ ਰਹੋ ਅਸੀਂ ਚੱਲੇ ਚਲੋ ਰਵੀ ਚੱਲੀਏ ਫਿਰ ਆਪਾਂ ਹੈ ਲੜੀਆਂ ਵੀ ਲਾਉਣੀਆਂ ਨੇ ਪੁੱਤ ਮੇਰੇ ਆ ਲਾਉਣੀਆਂ ਨੇ ਹਾਂ ਫਿਰ ਆਥਣੇ ਜਲਾਵਾਂਗਾ ਆਥਣੇ ਦੀ ਰਾਤ ਇਹਨੂੰ ਜਦੋਂ ਸਾਡੀ ਮਾਸੀ ਹੁਣ ਬਾਹਰੇ ਆਊਗੀ ਬਣ ਖਣ ਕੇ ਆ ਟਣ ਬਾਰੀ ਮਾਸੀ ਤੂੰ ਤਾਂ ਅੱਜ ਬੜੀ ਸੋਹਣੀ ਲੱਗਦੀ ਹੈ ਸ਼ਾਗੀ ਮਾਸੀ ਨੇ ਕੀ ਬਾਤ ਆ ਉਹਨਾਂ ਸੂਟ ਬਣਾ ਕੇ ਲਿਆਵੇ ਐ ਨੰਬਰ 1 ਸੋਹਣਾ ਲੱਗਦਾ ਸੋਹਣਾ ਲੱਗ ਰਿਹਾ ਨਾ ਫੁੱਲਾ ਕਿੰਨਾ ਲੱਗ ਰਿਹਾ ਨਾ ਠੀਕ ਆ ਪੂਰਾ ਫਿੱਟ ਆ ਨਾ ਹਾਂ ਸੋਹਣਾ ਲੱਗਦਾ ਇਹ ਮੰਮੀ ਦੇ ਵਿੱਚ ਹੀ ਹੈਗਾ ਜਿਹੜਾ ਤੈਨੂੰ ਲੈਣ ਨਹੀਂ ਦਿੱਤਾ ਨਾ ਭੈਣੇ ਰੱਬੇ ਉਹਦੀ ਨਾ ਭੈਣੇ ਆ ਛੂਟ ਦਾ ਮੇਚਾ ਦੀਆਂ ਆਪਾਂ ਤੇ ਛੂਟ ਦਾ ਨਾ ਦੇਈ ਚਮਕ ਲੈਸਾਂ ਜਿਹੜੀਆਂ ਬਹੁਤ ਚਮਕਦੀਆਂ ਸੀ ਹਾਂ ਪੂਰਾ ਬਾਵਾ ਸਹੀ ਆ ਹਾਂ ਬਾਵਾ ਮੋੜ ਮੋੜ ਕੇ ਦੇਖ ਲਾਇਆ ਐ ਕਰਕੇ ਨਾ ਠੀਕ ਨਹੀਂ ਕੁੜੀ ਨਾ ਮਤਲਬ ਮੰਮੀ ਦੇ ਨਾਲ ਬਦਾ ਜਾਂਦਾ ਇੱਕੋ ਮੇਚਾ ਹੈਗਾ ਚੁੰਨੀ ਸਹੀ ਕਰਕੇ ਲੈ ਜਾਂ ਤਾਂ ਫਿਰ ਰਹਿਣ ਦੇ ਸਿਰ ਤੇ ਹੋਰ ਕਿ ਮੈਂ ਗੁਲਜਾ ਜ ਰੱਖੀ ਆ ਗੁਲਜਾ ਕਿਉਂ ਲੈ ਕੇ ਆ ਲੈ ਤੂੰ ਤਾਂ ਕਹਦੀ ਸੀ ਕੋਈ ਨੀ ਕਾਲਾ ਰੰਗ ਹੈਗਾ ਬਹੁਤ ਸੋਹਣਾ ਲੱਗ ਰਿਹਾ ਸੂਟ ਪਾ ਕੇ ਲੈ ਕੇ ਜਾਣਾ ਮਾਸੀ ਚਾਹ ਪੂਰਾ ਕਰ ਲਾ ਤੇ ਹੁਣ ਗਰਮੀ ਗਰਮੀ ਹੋ ਗਈ ਮਾਸੀ ਜੁੱਤੀ ਨਵੀਂ ਪਾ ਲਈ ਦੋਸਤ ਓਏ ਉਹਨੂੰ 2 ਘੰਟੇ ਹੋ ਗਏ ਚਾਹ ਤੇ ਖੜੀ ਹੋ ਤਾਂ ਕਿ ਜਾਣੀ ਚਾਹ ਬਣਾ ਰਹੀ ਹੈ ਕਿ ਕੀ ਬਣਾ ਰਹੀ ਹੈ ਬਣ ਗਈ ਉਹ ਬਣ ਗਈ ਚਲੋ ਪਾਓ ਦੇਖ ਲੈ ਮੇਰਾ ਭਾਣ ਜਾਏਗਾ ਮੈਨੂੰ ਸੂਟ ਸੁਣਾ ਕੇ ਦੇਖੇਗਾ ਇੰਨਾ ਵਧੀਆ ਨੰਬਰ 1 ਇੰਨਾ ਵਧੀਆ ਨੰਬਰ 1 ਵਾਹਾਂ ਦੀ ਕਢਾਈ ਚੱਕ ਕਰ ਲਵ ਯੂ ਟਰੱਕ ਭਰ ਕੇ ਸਾਰਿਆਂ ਨੂੰ ਲਵ ਯੂ ਟੂ ਮਾਸੀ ਵੱਲੋਂ ਹਾਂ ਕੋਈ ਸੱਚ ਚਾਚੀ ਦੱਸ ਸੋਹਣਾ ਲੱਗ ਰਿਹਾ ਸੀਗਾ ਚਾਹ ਬਣ ਜੂ ਤਾਂ ਤੂੰ ਵੀ ਜੇ ਚਾਹ ਢਲਾਤੀ ਸੀ ਬੇ ਓਏ ਕੀ ਕਰੀਆ ਨਾ ਯਾਰ ਜਿਆਦਾ ਪਨੀਰ ਆ ਮੈਂ ਹੋ ਗਿਆ ਹਾਂ ਕੀ ਸੋਚਿਆ ਕਿ ਤਾਂ ਪੁੱਠਾ ਹੀ ਸੋਚਦਾ ਹੁੰਨਾ ਪਨੀਰ ਵਾਲੇ ਸਮੋਸੇ ਰਹਿੰਦੇ ਮੈਨੂੰ ਐਂ ਦੀ ਵੀ ਪਿੱਤੇ ਆਲੂ ਵਿੱਚ ਪਨੀਰ ਹੋਊਗਾ ਇਹ ਸੁਦੇ ਪਨੀਰ ਆ ਮੈਂ ਕਿਹਾ ਅੱਜ ਮਾਸੀ ਨੂੰ ਕੜਾਹੀ ਪਨੀਰ ਬਣਾ ਕੇ ਖਵਾ ਦਾਂਗੇ ਲੈ ਹੁਣ ਤਾਂ ਇਹਦਾ ਪਨੀਰ ਬਣਾ ਕੇ ਖਵਾਉਣਾ ਦਾ ਇੰਨਾ ਪਨੀਰ ਖਾ ਕੇ ਦੇਖੀ ਨਾ ਹਾਏ ਬੇ ਹਾਵੇ ਇੱਚ ਕੱਢ ਰਹੇ ਅੱਗੇ ਤਾਂ ਨਹੀਂ ਲੈਣੇ ਹੈਗੇ ਪਨੀਰ ਵਾਲੇ ਪਹਿਲੀ ਹੀ ਲੈ ਸੀ ਅੱਜ ਆਪਾਂ ਕਹਿੰਦੇ ਚੱਲ ਸਾਰੇ ਨੇ ਖਾ ਲੈ ਲੈ ਅਰਾ ਪੁੱਠਾ ਕੰਮ ਕਰੀਆਂ ਦੱਤਾਂ ਵੀ ਕੱਢਣਾ ਉਹ ਪਨੀਰ ਕੱਢਣਾ ਹੀ ਪਊਗਾ ਹੁਣ ਮਰ ਜਾਗੇ ਇੰਨਾ ਪਨੀਰ ਖਾ ਕੇ ਕੜਾਈ ਪਨੀਰ ਨਹੀਂ ਖਾਏਗਾ ਉਹਦੋਂ ਨਹੀਂ ਹੋਊਗਾ ਕੁਝ ਹੈਪੀ ਦੀਵਾਲੀ ਮਾਸੀ ਹੈਪੀ ਦੀਵਾਲੀ ਹਾਂ ਨੂੰ ਵੀ ਹੈਪੀ ਦੀਵਾਲੀ ਸੇਮ ਟੂ ਯੂ ਭਾਈ ਆ ਮਾਹਤੀ ਨੇ ਜੀਰੀ ਦੇਖੋ ਅਜੇ ਤਾਂ ਕਹਿ ਕੇ ਥੱਕ ਗਏ ਲਿਆ ਕੇ ਤੁਸੀਂ ਮਾਸੀ ਨੂੰ ਦਿੱਤੀਆਂ ਖਾਈ ਆਪ ਜਾਣੋ ਹੈ।
ਆ ਗਏ ਸੀ ਨੰਬਰ 1 ਮਾਸੀ ਦੇ ਕੋਲ ਤੇ ਹੁਣ ਲਗਾਉਣ ਲੱਗੇ ਆ ਲੜੀਆਂ ਲੜੀਆਂ ਸਿੱਧੀ ਆ ਜਾ ਇੱਥੋਂ ਉਧਰੋਂ ਇੱਧਰ ਨੂੰ ਆ ਜਾ ਹੋਰ ਅੱਗੇ ਹੈਪੀ ਦੀਵਾਲੀ ਵੀ ਕਹਿ ਸਾਰਿਆਂ ਨੂੰ ਦੀਵਾਲੀ ਸੀ ਹੈਪੀ ਦੀਵਾਲੀ ਜੀ ਇੱਧਰ ਹੈ ਮਾਸੀ ਨੇ ਲਾਏ ਬੈਂਗਣ ਅਨਾਰ ਮੁੱਲੀਆਂ ਹੈ ਹਾਂ ਲੈ ਕੇ ਆਇਆ ਹੁਣ ਗਿੱਟੀਆਂ ਦੁਕਾਨ ਤੇ ਸਹੀ ਆ ਉਧਰ ਇਹਨੂੰ ਸਾਹਮਣੇ ਖੜਾਇਆ ਦੱਸਣ ਵਾਸਤੇ ਇੱਕ ਤਾਂ ਵਿਚਾਰੇ ਇੱਥੇ ਕਿੱਦਾਂ ਲਗਾਉਂਗੇ ਨੀਚੇ ਥੜੀ थले कर दो नीवी नीवी कर दो नंगे जाना लड़िया लग रही जगा के भी दिखावा तेन इधर काम चल रहे जोरा शोरा ते इधर लग गई लड़ियां इधर है गई टुटिया नहीं कुछ भी चलो इधर लग गई सारे पासे लड़ियां प्लग सानू लाउणा नहीं आंदा मासड़ी आके जगाड़ करूगा हुण चलिए थले चलिए संगते इधर हुण लगाउण लग गए बाथरूम ते लड़ियां प्रेशर रवि ने गोले ते चढ़ना पिया ए तां जागी पाऊगी हाँ नीचे वाली बाथरूम वाली लड़िया तो चल पिया उपर लिया से बाद विच चलू गया लड़ियां लाउणियां सी हां तड़के जाना तड़के मज चून वाली आ सच्ची चले बस ओदा ही तेनु मिलना है रवि आ खुशी नु पटाके देना इते होर बोरी भरी तक घरे पिए पटाके दी तेनु पता तो हैगा भी मज चून वाली हैगी अपनी पर मज चून वाली अगर चलने समाने कोई काम वा सानू ते नाले मैकू दी कॉल आ रही सी मैकू नू मिल के आना ओदा भी कोई काम वा ओ करके आना ते लड़िया लड़िया घट गई साड़िया लड़िया भी लेके आनी हूं असिना तेन चिबड़े हेलो मेला हूं भाभी हेलो रश बहुत सी चीका जरूर मार रहा भाभी आएगी भाभी आएगी हेलो तो कर ला हेलो तो कर ले कहना हां मोबाइल चक ले उन्हें कहना मैं भाभी नहीं जाना चलो जी चलो जी जाके मिलते थानू मासी को लो जी हुण असीं आ गए घर ध्यान ओथो अगे ध्यान ना जायो चल पिया रवि के घरे लड़िया लगे सोहने लगते भी इन्हें क्या बात आ मूरलियां तो दिखाई दी थी अपने गल बन गई बेचारा
मैदे कमजोर ने अमरूद पे अमरूद खवा यार बड़े दिन हो गए रवि बाहर खड़ गया चलो जी ए खान गया दवाइया हूं जो खा लिया पैल्ट घबराहट हट जू भी लाए सारा कुछ हट जूते हुए चुटकी भर के ला भी दें लाती राम आ गया ना कोई लाउंदा नहीं कदे कदे लाउंदे थे पांडू लाइए पांडू नी डी चक लिया करे चल कई गल लगी मेरी जी शर्मी आंदी तेन जो बहुआ जाए ना देख के चढ़ जाता रसोई देख के ज्यादा गुणा फुलकारी नहीं होंगी पंगे ज्यादा लेंदे एक्सपेरिमेंट जो ना मोबाइल हुंदा फिर बनाया करते वीडियो फिर पता लगता है की गल हुंदा थी अज ने किधर नूं कहता है पांडू घोल के है लेकिन पांडू कुट लिया है कुट के ना कौली च पाई फिर भी मेरे लावो कर्म कर रहे खड़े खड़े बड़ा ही कुछ कर दिया रवि ने कुछ कर कैसे हो मिलो माछड़ ओके रोबोटा लड़िया सोहनिया लगदी ने गलबात बना दी बस कोई नी लेंटर भी आप पा देना लेंटर ला देना अपने दो महीने तक चवारा पा देना रवि दा पा दी चवारा किथे रोटी खान ते जेड़ा असी पनीर कटिया सी समोसिया चो ओदी मासी ने सानू बनाती भुर्जी मासी पनीर वाली भुर्जी किदां दी बनी बहुत वधिया ते हुण असीं सारे जणे लगे आ रोटी खाणे इधर मैं ते मिस्टर उधर रवि हुणे असीं चलेंगे ए भाई हुण रहंदे नहीं मैं मसा तैयारियां करियां मला गल्ला मारांगे ल जा रहे नेगे चलो जी फिर आवांगे तेरा घर पाउणा तो फिर इत्थे ही आ 10-15 दिन जे रख लेंगी तां नहीं असीं सवेरे आ जाया करांगे शाम नूं पा जाया चल ठीक है फिर जाउंदी रहे रोटियां खवाउंदी रहे चल कुड़िए ना जा फिर तू इहनूं टेंशन आवदी है वी मैनूं उल्टियां करदी है नहीं लगदियां उल्टियां तू मूहरे बह जा तेरी भाभी नूं पिछे करदी मूहरे नहीं उल्टी लगदी नहीं लगदी उल्टियां अज देखने वाली तेरी भाभी पूरी शीट एंगल पा के हां ओए एंगल पा के उत्थे लग जाणगे दारू पीते जमा लवो मैं कट मारिया तां बच गए नहीं तां गड्डी फुट जानी हुणी आ हुणी पूरा ऐ जावे ऐ अपनी गड्डी जे ना मैं कट मारदा इन्ने क फर्क ना बचे मामे नूं कहा मामा स्कूटरी लियांदी बधाईआं तूं की कर ली थी स्कूटरी मामा का गाना कढ़न लग गया
ਚੁੱਕਣਾ ਔਰ ਲਿਆਂਦੀ ਆ ਅੱਛਾ ਫਿਰ ਤਾਂ ਸਾਨੂੰ ਲੋੜ ਹੈਗੀ ਨਹੀਂ ਕਹਿੰਦਾ ਸਕੂਟਰੀ ਦੀ ਬਾਹਰ ਅੰਦਰ ਜਾਣੇ ਸਾਫ ਇਹਦੇ ਬਾਈ ਹੋਰ ਇੱਕ ਤਾਂ ਵਧਾਈਆਂ ਮੈਂ ਉਹਦਾ ਬਾਅਦ ਚ ਪਤਾ ਲੱਗਿਆ ਵੀ ਖੁਸ਼ੀ ਦੇ ਸਾਂਪ ਦੇ ਪਹਿਲਾਂ ਤਾਂ ਅਸੀਂ ਲੱਗੇ ਮਾਮਾ ਸਾਨੂੰ ਹੀ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਕੀ ਕਰਨੀ ਸੀ ਸਕੂਟਰੀ ਲੈ ਚਲੋ ਜੀ ਮਿੱਤਰੋ ਕਰ ਲੋ ਚੈਨਲ ਸਬਸਕ੍ਰਾਈਬ ਦਿਵਾਲੀ ਦਾ ਬਲੌਗ ਹੈਗੇ ਚੰਗਾ ਵੀਰਾ ਵੀ ਧਿਆਨ ਰੱਖੀ ਬਾਏ ਬਾਏ ਟਾਟਾ ਉਹ ਤੇ ਕਰਤਾ ਦਿੱਤਾ ਡਾਂਗ ਕੀ ਕਰਨੀ ਐਡੀ ਡਾਂਗ ਕਮਾਲ ਕਰੀ ਜਾਂਦੀਆਂ ਲੈ ਹੈਪੀ ਦੀਵਾਲੀ ਹੈਪੀ ਦੀਵਾਲੀ ਮੈਂ ਤੁਹਾਨੂੰ ਕਰ ਦਿਖਾ ਦਿੰਦੀ ਆ ਦੇਖੋ ਲਾਈਟਾਂ ਲੂਟਾਂ ਲਾ ਦੀਆਂ ਰੱਸੀ ਪਾ ਕੇ ਨਾ ਗੇਟ ਤੇ ਲਾ ਦੇ ਦੱਸਾਂ ਕਿਵੇਂ ਐ ਰੱਸੀ ਪਾ ਕੇ ਦੋਨੋਂ ਪੈਪਾਂ ਨਾਲ ਬੰਨ ਕੇ ਥੱਲੇ ਨੂੰ ਲਮਕਾ ਕੇ ਐਵੀ ਸਮਝ ਗਿਆ ਤੂੰ ਸਮਝ ਗਿਆ ਬਸ ਇੱਕ ਲਗਾ ਲੂ ਲਿਆ ਕੇ ਲਾ ਦੇ ਹੈਪੀ ਦੀਵਾਲੀ ਸ਼ੋਰ ਸਾਰਿਆਂ ਨੂੰ ਇੰਨੀ ਜ਼ੋਰ ਲੱਗ ਜ਼ੋਰ ਲੱਗ ਪਟਾਕੇ ਦੇ ਲਾਲੀ ਨਾ ਜ਼ੋਰ ਲਈ ਜਾ ਕੁਝ ਹੈਪੀ ਦੀਵਾਲੀ ਹਾਏ ਬਾਏ ਕੁਝ ਨੀ ਠੀਕ ਹੈ ਰੱਖ ਭਰ ਟ੍ਰੇਨ ਭਰ ਕੇ ਬਾਏ ਠੀਕ ਹੈ ਜੀ ਓਕੇ ਜੀ ਬਾਏ ਹੈਪੀ ਦੀਵਾਲੀ ਐਡਵਾਂਸ ਚ ਬਾਏ 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 ਅਸੀਂ ਰੁਕਾਂਗੇ ਆਊਟਲੈਟ ਪਸੰਦ ਡੈਡੀ ਨੂੰ ਪੁੱਛਣਾ ਸੀ ਬਰਗਰ ਬੁਰਗਰ ਤਾਂ ਨਹੀਂ ਖਾਣਾ ਜੀ ਟਾਈਮ ਦੇਖ ਲਓ ਹੈਲੋ ਉਹਨਾਂ ਤਾਂ ਪੁੱਛੀ ਜੀ ਹੈਲੋ ਹਾਂ ਬਰਗਰ ਤਾਂ ਨਹੀਂ ਖਾਣਾ ਹੁਣ ਤੁਹਾਨੂੰ ਅਸੀਂ ਘਰ ਜਾ ਕੇ ਮਿਲਾਂਗੇ ਮੰਮੀ ਹੁਣੇ ਵੀ ਜਾਦੇ ਸਾਡੀ ਵੇਟ ਕਰਦੇ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਪਹਿਲੀ ਵਾਰ ਕਰਕੇ ਦੇਖ ਰਹੇ ਹਾਂ ਕਿਉਂਕਿ ਜਦੋਂ ਬੰਦੇ ਕੋਲ ਪੈਸਾ ਨਹੀਂ ਹੁੰਦਾ ਬਹੁਤ ਸ਼ੌਂਕ ਮਰ ਜਾਂਦੇ ਆ ਪਿੰਜ ਕੋਈ ਕੰਜੂਸੀ ਨਹੀਂ ਕਰਨ ਜਾਂਦੀ ਕੀ ਪਤਾ ਰੱਬ ਨੇ ਕਿਹੜੇ ਵੇਲੇ ਸੱਦ ਲੈਣਾ ਇਸ ਕਰਕੇ ਕਾਉਂ ਪੀਓ ਅਸੀਂ ਘਰ ਪੁੱਜਣ ਵਾਲੇ ਹਾਂ ਪੌਣੇ 12 ਹੋ ਗਏ ਦੇਖ ਲਓ ਕਿੱਦਾਂ ਇਹਨਾਂ ਨੇ ਹਨੇਰੀ ਚੱਕੀ ਪਈ ਆ ਮੈਨੂੰ ਡਰਾਉਂਦੇ ਪਏ ਆ ਭੂਤਾਂ ਵਾਲੀਆਂ ਗੱਲਾਂ ਸਾਰਾ ਲੈ ਜੀ ਆਪਣੀ ਵੀ ਧਿਆਨ ਨਹੀਂ ਯਾਰ ਪੁੱਤ ਵੀਰੂ ਯਾਰ ਮੈਨੂੰ ਚੱਕ ਲੈ